अंदर आ जा जी। आ जाओ। हाँ जी दसो काका। मैं जी फौज भर्ती नूं दा फार्म जमा करवाउणा है। बैठो। इस नूं पूरा भरो। तुहाडे पिता दा की नाम इत्थे भरो। भरता जी मैं अपनी मां दा नाम भरता जी। मां दा नहीं पिता दा नाम लिखा जांदा काका। फिर जी मैनूं तां नहीं पता मेरे बाप दा नाम, मां दा ही पता। क्यों तेरा बाप नहीं दस्या? नहीं तेरी मां ने नाम ओहदा? की दसां जी, दरअसल मेरा बाप। हाँ हाँ दसो की गल है, क्यों नहीं भरदे नाम तुसीं? सन 1990 दी गल है, सुनो फिर। जग्गू भीरे आजा रोटी खा ले। आया भैने रख ला इत्थे। ਵੀਰੇ ਅੱਜ ਪਿੰਡ 'ਚ ਚੁੱਪ ਛਾਈ ਪਈ ਹੈ, ਪੁਲਿਸ ਕੁੱਤਿਆਂ ਵਾਂਗੂ ਫਿਰਦੀ ਹੈ ਪਿੰਡ 'ਚ। ਸਮਝ ਮਾੜਾ, ਤੂੰ ਨਾ ਆਇਆ ਕਰ ਰੋਟੀ ਲੈ ਕੇ, ਮੈਂ ਆਪੇ ਆ ਕੇ ਖਾਲਾ ਕਰੂੰ ਘਰੇ। ਵੀਰੇ ਪੁਲਿਸ ਆ ਗਈ। ਨਹੀਂ ਲੈ ਕੇ ਘਰੇ ਜਾ ਆਪਣੀ, ਮੈਂ ਇਹਨਾਂ ਦਾ ਕੀ ਪਤਾ। ਵੀਰੇ ਤੂੰ ਵੀ ਆਪਣਾ ਖਿਆਲ ਰੱਖੀ ਚੰਗਾ। हाँ भी रात सानू सूह मिली है, तेरी मोटर ते सिंह पए सी। नहीं जी मैनू तां नहीं पता जी, मैं तां कई दिनां तों अज ही आया खेती। सौ लै लो जी मेरे तो, मैनू नहीं पता जी। आए नहीं मनना इन्हें, इन्हू चौके जीप च सुट्टो, थाने जाके मनावांगे अपने तरीके नाल। चल तैनू थाने जाके बनाउने आ, तैनू उत्थे मन्नेगा। अज ही है डिक्के भैन साले दी, सवा जमीन दे हकार च ਬੁਲਾਇਆ ਨਹੀਂ ਸੀ ਬੋਲਦਾ। ਮੇਰਾ ਕਸੂਰ ਤਾਂ ਦੱਸੋ ਕੀ ਆ ਜੀ? ਤੈਨੂੰ ਉੱਥੇ ਥਾਣੇ ਜਾ ਕੇ ਦੱਸ ਦੇਣਾ ਹੈ, ਤੂੰ ਕੀ ਕਰ ਮੰਨਦਾ ਹੈ ਬਾਈ ਜੱਗੂ? ਚੁੱਪ ਕਰ ਜਾ ਕੁੜੀਏ, ਇਹ ਪੁਲਸੀਏ ਕਿਸੇ ਦੇ ਮਿੱਤ ਨਹੀਂ ਹੁੰਦੇ, ਜਾ ਘਰੇ ਚਲੇ ਜਾ। ਨਾ ਫੜ ਗੁੱਡੀ ਪਾਣੀ ਪੀ ਲਾ। ਹਾਏ ਰੱਬਾ, ਕਿਵੇਂ ਭੁੱਖੇ ਸ਼ੇਰ ਵਾਂਗੂ ਮੇਰੇ ਵੱਲ ਅੱਖਾਂ ਪਾੜ ਪਾੜ ਵੇਖਦਾ। ਮੈਨੂੰ ਤਾਂ ਡਰ ਲੱਗੀ ਜਾਂਦਾ, ਮੈਨੂੰ ਤਾਂ ਕੋਈ ਬੁੜੀ ਵੀ ਨਹੀਂ ਦਿਖਦੀ ਘਰੇ। ਕੀ ਕਰਾਂ ਮੈਂ? ਜਾ ਕੁੜੀਏ ਅੰਦਰ ਜਾ ਕੇ ਪੈ ਜਾ, ਪੁਲਿਸ ਕਿਤੇ ਇੱਧਰ ਹੀ ਨਾ ਆ ਜੇ। ਬੇਬੇ ਆਉਣ ਵਾਲੀ ਆ, ਜਦੋਂ ਆ ਗਈ ਮੈਂ ਤੈਨੂੰ ਘਰ ਛੱਡੂ। ਠੀਕ ਹੈ ਬਾਈ।
ਕਿਉਂ ਕੀਤੀ ਹੈ? ਕੀ ਦੱਸਾਂ ਬੇਬੇ, ਮੈਂ ਵੀਰੇ ਨੂੰ ਹਜੇ ਰੋਟੀ ਫੜਾਈ ਹੋਈ ਸੀ ਕਿ ਪੁਲਿਸ ਆ ਗਈ ਅਤੇ ਵੀਰੇ ਨੂੰ ਫੜ ਕੇ ਲੈ ਗਈ ਹੈ, ਅਤੇ ਮੈਂ ਨੀਲੇ ਨੂੰ ਮਦਦ ਲਈ ਕਿਹਾ ਤਾਂ ਉਹਨੇ ਮੈਨੂੰ ਆਪਣੇ ਘਰ ਭੇਜਤਾ ਅਤੇ ਅੰਦਰ ਵੜ ਕੇ ਕਮਰੇ ਦੀ ਕੁੰਡੀ ਲਾ ਲਈ। ਮਸਾਂ ਚੁੱਕ ਕੇ ਆਇਆ ਬੇਬੇ। ਅੱਜ ਤੇਰਾ ਪਿਓ ਜਿਉਂਦਾ ਹੁੰਦਾ ਤਾਂ ਜਾ ਕੇ ਕੰਜਰ ਦੇ ਘਰ 'ਚ ਸਾਫਾ ਪਾ ਲੈਂਦਾ। ਕੰਜਰ ਨੇ ਜੱਗੂ ਦੇ ਮਗਰੋਂ ਤੈਨੂੰ ਤਕਾ ਲਿਆ। ਕੀੜੇ ਪੈ ਕੇ ਮਰੂ ਆਣ ਹੋਈ ਮੌਤ, ਕਮੀਨਾ ਕਿਸੇ ਥਾਂ ਦਾ। ਚੱਲ ਚੁੱਪ ਕਰ ਮੇਰੀ ਧੀ, ਚੁੱਪ ਕਰ। ਲਓ ਅੱਜ ਦੋ ਖੜਕੂ ਹੋਰ ਮਾਰਤੇ, ਕੀ ਬਣੂ ਪੰਜਾਬ ਦਾ? ਮੁਲਾਕਾਤ ਕਰਾ ਦਿਓ, ਜੇ ਇਹਦਾ ਪਿਓ ਹੁੰਦਾ ਅੱਜ ਸਾਰਾ ਕੁਛ ਸਾਂਭ ਲੈਂਦਾ। ਮੈਨੂੰ ਤਾਂ ਥਾਣੇ ਵਾਲੇ ਨਿਆਂ ਹੀ ਨਹੀਂ ਦਿੰਦੇ ਜੀ। ਭਾਈ ਬੀਬਾ, ਹੁਣ ਤੂੰ ਚੁੱਪ ਕਰਕੇ ਘਰ ਬਹਿ ਜਾ, ਹਾਲਾਤ ਬਹੁਤ ਵਿਗੜ ਚੁੱਕੇ ਨੇ, ਹੁਣ ਤਾਂ ਸਾਡੀ ਵੀ ਕੋਈ ਨਹੀਂ ਸੁਣਦਾ ਜੀ। ਮੇਰੇ ਪੁੱਤ ਨੂੰ ਬਿਨਾਂ ਕਸੂਰੇ ਖੇਤੋਂ ਚੱਕ ਕੇ ਲੈ ਗਏ। ਬੀਬਾ, ਇਹੋ ਜਿਹੇ ਮਾਹੌਲ ਵਿੱਚ ਕੌਣ ਬੇਕਸੂਰ ਕੌਣ ਕਸੂਰਵਾਰ ਕੋਈ ਨਹੀਂ ਵੇਖਦਾ, ਸਾਰੇ ਫੜੇ ਜਾ ਰਹੇ ਨੇ, ਕਿਸ ਨੂੰ ਦੋਸ਼ੀ ਕਹੀਏ ਜੀ? ਤਾਂ ਵੀ ਇੱਕ ਵਾਰੀ ਤੁਸੀਂ ਥਾਣੇ ਹੋ ਆਇਓ, ਪਤਾ ਤਾਂ ਕਰਿਓ ਮੇਰੇ ਪੁੱਤ ਦਾ ਕਸੂਰ ਕੀ ਹੈ। ਚੰਗਾ 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 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਰ ਜੱਗੂ ਦੀ ਮਾਂ ਤਰਲੇ ਮਿਲਤਾ ਕੱਢ ਰਹੀ ਹੈ ਸਰ, ਜਾਇਦਾਦ ਮਿਲਾ ਦੇਈਏ ਸਰ ਨੂੰ। ਉਹਨੂੰ ਕਹੇ ਇੱਥੇ ਨਾ ਆਇਆ ਕਰੇ, ਉਹਦਾ ਪੁੱਤ ਭੱਜ ਗਿਆ ਇੱਥੋਂ। ਠੀਕ ਹੈ ਸਰ। ਮਾਤਾ ਤੂੰ ਅੱਜ ਫੇਰ ਆ ਗਈ, ਕਿੰਨੇ ਵਾਰ ਕਿਹਾ ਤੂੰ ਨਾ ਆਇਆ ਕਰ। ਜੀ ਇੱਕ ਵਾਰੀ ਮੇਰੇ ਚੱਕਰ ਨੂੰ ਮਿਲਾ ਦਿਓ, ਪੁੱਛ ਤਾਂ ਲਓ ਸਾਹਿਬ ਨੂੰ। ਤੂੰ ਨਾ ਆਇਆ ਕਰ ਇੱਥੇ, ਐਵੇਂ ਸਾਹਿਬ ਮੈਨੂੰ ਹਵ ਦਬ ਕਰੂਗਾ। ਜੀ ਮੇਰੀਆਂ ਅੱਖਾਂ ਤਰਸ ਗਈਆਂ ਮੇਰੇ ਪੁੱਤ ਬਿਨਾਂ, ਮੈਨੂੰ ਘਰ 'ਚ ਨੇਰ ਦਿਸਦਾ, ਮੇਰੀ ਇੱਕ ਵਾਰੀ ਮੁਲਾਕਾਤ ਕਰਾ ਦਿਓ, ਤੁਹਾਡੇ ਪੁੱਤ ਜਿਉਣ ਜਿਉਣ ਜੋਗਿਓ। ਜਨਾਬ ਕੀ ਕਹਿ ਰਹੇ ਨੇ? ਮਾਤਾ ਜੀ ਜੱਗੂ ਨੂੰ ਮਿਲਣ ਦੀ ਗੱਲ ਕਰ ਰਹੇ ਸੀ। ਜਨਾਬ ਕੱਲ੍ਹ ਵੱਡੇ ਸਾਹਿਬ ਛੋਟੇ ਸਾਹਿਬ ਨੂੰ ਕਹਿ ਰਹੇ ਸੀ ਕਿ ਇਹਨਾਂ ਨੂੰ ਕਹਿ ਦਿਓ ਕਿ ਇੱਥੇ ਨਾ ਆਇਆ ਕਰ, ਜੱਗੂ ਤਾਂ ਭੱਜ ਚੁੱਕਿਆ ਕਦੋਂ ਦਾ। ਠੀਕ ਹੈ ਠੀਕ ਹੈ, ਨਹੀਂ ਗਾ ਉਹ ਇੱਥੇ ਭੱਜ ਚੁੱਕਾ ਗਾ ਇੱਥੋਂ। ਉਹਨੇ ਕਿੱਥੇ ਜਾਣਾ ਹੈ, ਇੰਨੇ ਜੋਗਾ ਤਾਂ ਮੇਰਾ ਪੁੱਤ ਹੈ ਹੀ ਨਹੀਂ ਸੀ। ਭੋਲੇ ਸਾਹਿਬ ਜੋ ਕਰ ਰਿਹਾ ਅੱਛਾ ਨਹੀਂ ਕਰ ਰਿਹਾ, ਉਹ ਤੁਹਾਨੂੰ ਤੁਹਾਡੇ ਸਾਹਮਣੇ ਬਹੁਤ ਬਹੁਤ ਮਾੜੀ ਗੱਲ ਹੈ। ਆਪਣੀ ਤਾਂ ਸਰ ਡਿਊਟੀ ਹੈ, ਆਪਾਂ ਕਰ ਵੀ ਕੀ ਸਕਦੇ। ਮਾਂ ਕਿੰਨਾ ਤੜਪ ਰਹੀ ਸੀ ਆਪਦੇ ਪੁੱਤ ਨੂੰ ਮਿਲਣ ਖਾਤਰ। ਜਨਾਬ ਜੀ ਮੈਨੂੰ ਤਾਂ ਬਹੁਤ ਦੁੱਖ ਹੁੰਦਾ ਇਹ ਸਭ ਕੁਝ ਦੇਖ ਕੇ। ਭੋਲੇ ਕਰੀਏ ਵੀ ਕੀ, ਸੁਬਹਾ ਮਾਤਾ ਨੂੰ ਵੇਖ ਕੇ ਬਹੁਤ ਮਨ ਤੜਪਦਾ ਸੀਗਾ, ਗੱਲ ਕਰ ਕਰਿਆ ਕੀ ਜਾਵੇ ਜਦੋਂ ਆਪਣੀ ਚੱਲਦੀ ਨਹੀਂ। ਸਹੀ ਗੱਲ ਤਗੜੀ ਤਾਂ ਨਹੀਂ ਕੀ ਬਣਿਆ ਭੈਣੇ, ਕੋਈ ਪਤਾ ਲੱਗਿਆ ਜੱਗੂ ਦਾ ਕੀ ਬਣਨਾ ਸੀ? ਸੀਬੋ ਮੈਂ ਤਾਂ ਥਾਣੇ ਦੇ ਚੱਕਰ ਮਾਰ ਮਾਰ ਕੇ ਹੰਭ ਗਈ, ਕੋਈ ਨਿਆਣੇ ਦਿੱਤਾ ਪੁੱਤ ਮਾਰਨਿਆਂ ਨੇ। ਤੂੰ ਸਰਪੰਚ ਨੂੰ ਲੈ ਜਾਣਾ ਸੀ ਨਾਲ, ਖਰੇ ਤੇਰੀ ਮੁਲਾਕਾਤ ਕਰਾ ਦਿੰਦਾ। ਗਈ ਸੀ ਸੀਬੋ ਮੈਂ ਸਰਪੰਚ ਕੋਲ, ਕਹਿੰਦਾ ਚੁੱਪ ਕਰਕੇ ਘਰੇ ਬਹਿ ਜਾ, ਇਹੋ ਜਿਹੀ ਹਾਲਤਾਂ 'ਚ ਸਾਡੀ ਵੀ ਕੋਈ ਨਹੀਂ ਸੁਣਦਾ। ਮੇਰਾ ਤਾਂ ਚਿੱਤ ਜਿਹਾ ਨਹੀਂ ਖੜਿਆ, ਨਾ ਹੀ ਕਿਤੇ ਜੀ ਲੱਗਦਾ ਜਿੱਦੇ ਦਾ ਜੱਗੂ ਨੂੰ ਲੈ ਕੇ ਗਏ। ਮੈਂ ਤਾਂ ਚੱਕੀ ਚੁੰਨੀ ਤੇ ਇੱਧਰ ਤੁਰਪੀ। ਚੰਗਾ ਹੋ ਗਿਆ ਤੂੰ ਆ ਗਈ, ਆਹ ਵੇਖ ਗੁੱਡੀ ਕਿਵੇਂ ਉਲਟੀਆਂ ਕਰ ਲਾਂਗੀ। ਮੈਂ ਤਾਂ ਕਿਸੇ ਨੂੰ ਦੱਸਣ ਜੋਗੀ ਵੀ ਨਹੀਂ, ਕੀ ਕਹਿਣਗੇ ਲੋਕ, ਦੁਸ਼ਟ ਨੇ ਪਤਾ ਨਹੀਂ ਕਿਹੜੇ ਜਨਮਾਂ ਦਾ ਬਦਲਾ
ਕੱਢ ਲਿਆ ਮੇਰੀ ਧੀ ਨੂੰ। ਚੱਲ ਉੱਠ ਮੇਰੀ ਭੈਣ, ਚੱਲ ਪਾ ਝੋਲੇ ਚ ਲੀੜੇ, ਚਲੋ ਮਾਵਾਂ ਧੀਆਂ ਮੇਰੇ ਨਾਲ, ਹੁਣ ਤੁਹਾਡਾ ਇੱਥੇ ਹੈ ਵੀ ਕੀ? ਭਰਿਆ ਪਕੁੰਨਿਆ ਘਰ ਛੱਡਣ ਨੂੰ ਕਿਹੜਾ ਜੀ ਕਰਦਾ, ਪਰ ਆ ਲੋਕਾਂ ਦੀ ਨਮੋਸ਼ੀ ਨਾਲੋਂ ਤਾਂ ਪਹਿਲਾਂ ਹੀ ਘਰ ਛੱਡਿਆ ਚੰਗਾ। ਚੱਲ ਉੱਠ ਮੇਰੀ ਭੈਣ, ਜਾ ਪਾਲਾਂ ਝੋਲੇ ਚ ਲੀੜੇ। ਚਾਹ ਕਿਹੜਾ ਲੰਘਦੀ ਹੈ ਧੀਏ, ਜਾ ਤੂੰ ਵੀ ਪਾਲਾ ਲੀੜੇ, ਤੁਰੋ ਮਾਵਾਂ ਧੀਆਂ ਮੇਰੇ ਨਾਲ। ਬੀਬੀ ਦੱਸਦੀ ਸੀ ਕਿ ਉਸ ਦਿਨ ਤੋਂ ਬਾਅਦ ਤੇਰੇ ਮਾਮੇ ਨੂੰ ਮੁਕਾਬਲਾ ਬਣਾ ਕੇ ਮਾਰ ਦਿੱਤਾ। ਚਲੋ ਬਈ ਲੈ ਕੇ ਆਓ ਜੱਗੂ ਸਿੰਘ ਨੂੰ, ਕਰੀਏ ਉਹਦਾ ਹਿਸਾਬ ਕਿਤਾਬ ਤੇ ਲਵਾਈਏ ਆਪਾਂ ਇੱਕ ਹੋਰ। ਠੀਕ ਹੈ ਮੈਡਮ ਜੀ। ਚਲੋ ਵੀ ਮੁੰਡਿਓ, ਕੱਢੋ ਬਾਹਰ ਇਹਨੂੰ ਤੇ ਕਰ ਦਿਓ ਯਾਦ। ਭਾਈ ਹਾਲੇ ਵੀ ਦੱਸ ਦਿਓ ਕੌਣ ਸੀ, ਹੁਣ ਤਾਂ ਤੇਰੇ ਕੋਲ ਮੌਕਾ, ਹਜੇ ਵੇਖ ਲਾ। ਲੈ ਵੀ ਜੱਗੋ ਆਜ਼ਾਦ ਆ ਹੁਣ ਤੂੰ, ਭਾਜਾ ਜਾ ਭਾਜਾ। ਇਹ ਰੈਂਕ ਕਿਵੇਂ ਨਹੀਂ ਵਧੇ? ਚਲੋ ਏ ਕਰੋ ਸਟਾਰਟ ਜੀਪ ਤੇ ਪਾ ਦਿਓ ਕਾਰਵਾਈ ਕਿ ਇੱਕ ਭਗੌੜਾ ਅੱਤਵਾਦੀ ਹੋਰ ਮੁਕਾਬਲੇ 'ਚ ਮਾਰਿਆ ਗਿਆ। ਅੱਛਾ ਫਿਰ ਤਾਂ ਬਹੁਤ ਮਾੜਾ ਹੋਇਆ, ਦੱਸਦਾ ਨਹੀਂ ਮੈਂ ਤੁਹਾਨੂੰ ਸਾਰੀ ਗੱਲ। ਫਿਰ ਮੇਰੀ ਨਾਨੀ ਪਿੰਡ ਛੱਡ ਕੇ ਮੇਰੀ ਮਾਸੀ ਕੋਲ ਗੋਨਿਆਂ ਨੇ ਰਹਿਣ ਲੱਗ ਗਈ, ਪਰ ਕੁਝ ਦਿਨਾਂ ਬਾਅਦ ਮੇਰੀ ਨਾਨੀ ਮੇਰੇ ਮਾਮੇ ਦਾ ਦੁੱਖ ਨਾ ਚੱਲਦੀ ਹੋਈ ਉਹ ਵੀ ਰੱਬ ਨੂੰ ਪਿਆਰੀ ਹੋ ਗਈ ਤੇ ਉੱਥੇ ਮੇਰੀ ਬੀਬੀ ਨੇ ਮੈਨੂੰ ਜਨਮ ਦਿੱਤਾ। ਹਾਏ ਹਾਏ ਉੱਤ ਕਿਹੜਿਆ ਮੇਰਾ ਪੁੱਤ, ਦੇਖੀ ਦੇਖ ਮੇਰਾ ਪੁੱਤ। ਮੈਨੂੰ ਐਂ ਤਾਂ ਦੱਸ ਮੇਰਾ ਪੁੱਤ ਬਣੂਗਾ ਕੀ ਵੱਡਾ ਹੋ ਕੇ? ਨਾ ਪੁੱਤ ਨਾ, ਕੀ ਬਣੂਗਾ ਮੇਰਾ ਪੁੱਤ? ਤੇ ਜਦ ਮੈਂ ਵੱਡਾ ਹੋਇਆ ਫਿਰ ਮੈਨੂੰ ਸਭ ਕੁਛ ਪਤਾ ਲੱਗ ਗਿਆ। ਲੈ ਹੋ ਗਿਆ ਮੇਰਾ ਪੁੱਤ ਤਿਆਰ। ਪੁੱਤ ਮੈਨੂੰ ਐਂ ਦੱਸ ਤੂੰ ਵੱਡਾ ਹੋ ਕੇ ਕੀ ਬਣੇਗਾ? ਬੀਬੀ ਮੈਂ ਵੱਡਾ ਹੋ ਕੇ ਫੌਜੀ ਬਣੂ। ਲੈ ਪੁੱਤ ਤੂੰ ਸਕੂਲ ਜਾ। ਤਾਂ ਮੈਂ ਮਨ ਵਿੱਚ ਧਾਰ ਲਈ ਮੈਂ ਫੌਜੀ ਬਣੂਗਾ, ਬਸ ਤੁਸੀਂ ਮੇਰੀ ਮਦਦ ਕਰੋ, ਮੈਂ ਕਦੇ ਵੀ ਤੁਹਾਡਾ ਸਾਹ ਨਹੀਂ ਭੁੱਲ ਸਕਦਾ। ਓਹੋ ਇੰਨਾ ਦੁੱਖ, ਮਨ ਪਸੀਜ ਗਿਆ ਤੇਰੀ ਕਹਾਣੀ ਸੁਣ ਕੇ। ਤੇ ਹੁਣ ਤੁਸੀਂ ਦੱਸੋ ਮੈਂ ਕਿਹਦਾ ਨਾਮ ਲਿਖਾਂ? ਬਸ ਹੁਣ ਤੁਸੀਂ ਜਾਓ, ਮੈਂ ਕੋਸ਼ਿਸ਼ ਕਰੂੰਗਾ ਤੁਹਾਡਾ ਫਾਰਮ ਜਮ੍ਹਾਂ ਹੋ ਸਕੇ ਤੇ ਵੱਧ ਤੋਂ ਵੱਧ ਮਦਦ ਵੀ ਕਰੂੰਗਾ। ਅੱਛਾ ਜੀ ਧੰਨਵਾਦ। ਵੇ ਪੁੱਤ ਰਿਸ਼ਤਿਆਂ ਵਾਲੇ ਤੇਰੇ ਮਗਰ ਫਿਰਦੇ ਆ, ਜੇ ਕਹੇ ਤਾਂ ਸਾਕ ਲੈ ਲਈਏ,
आउंदे साल तेरा ब्याह कर दांगे। नहीं बीबी, तेरे फौजी ने हजे बहुत काम करने। पुत मैनू तो डर लगता है, बथेरा चिर अंडेपा कट लिया। तेरा ब्याह करके हुण तो नूह कने आ जाए मेरी। फिक्र ना कर माता, ले आवांगे नूह भी तेरी, तेरा पुत बथेरा सियाणा। चल चंगा पुत, जिवें तेरी मर्जी, मैं तो तेरे नाल आ। आ जाए वीरे, शहर जाके आगे। चल चल आया मैं। चंगा बीबी, मैं शहर जाया। चल चंगा पुत, जाया। भाई यार वो देख, कुड़ियां अपने वाल बार बार वेखी आंदियां जिवें तू उन्हें पसंद आ गया होवे। लै आपां होर गिड़ा ला आउणे यार, इक ही बड़ी गल है। चल चलिए। पुछ के जावांगी कितने आया। हैनी केड़ा पिंड है तेरा, तू कितों आई है? ਹਾਂਜੀ ਲਾਗਲੇ ਪਿੰਡ ਹੋਈ ਆ ਗੋਨਿਆਂ ਨੇ ਤੋਂ ਫੌਜੀ। ਹਾਂਜੀ ਮੈਂ ਛੁੱਟੀ ਆਇਆ, ਸ਼ਾਮ ਨੂੰ 5 ਵਾਲੀ ਗੱਡੀ ਜਾਣਾ। ਤੁਸੀਂ ਆਪਣਾ ਨੰਬਰ ਹੀ ਦੇ ਜਾਓ। ਵੇਖ ਲਓ ਜੀ, ਫੌਜੀ ਹਾਂ ਮੈਂ, ਛੁੱਟੀ ਤਾਂ ਲੰਮੇ ਸਮੇਂ ਤੋਂ ਹੀ ਆਉਣਾ। ਗੱਲਾਂ ਹੀ ਕਰ ਲਿਆ ਕਰਾਂਗੇ। ਉਹ ਦੇ ਨੰਬਰ ਫੌਜੀ ਆ, ਉਹ ਕਲਗਾ ਜੀ ਲੱਗ ਰਿਹਾ ਕਰੂਗਾ। ਚਲੋ ਲਿਆਓ ਕਾਪੀ ਤੇ ਪੈਨ ਫਿਰ। ਤੇ ਸਾਨੂੰ ਦੱਸ ਦਿਓ ਜੀ ਤੁਹਾਡਾ ਕਿਹੜਾ ਪਿੰਡ ਆ ਤੇ ਕਿੱਥੇ ਰਹਿੰਦੇ ਹੋ ਤੁਸੀਂ? ਪਿੰਡ ਤੇ ਸਾਡਾ ਦੂਰ ਹੈ ਜੀ, ਅਸੀਂ ਤਾਂ ਇੱਥੇ ਬਠਿੰਡੇ ਹੀ ਰਹਿੰਦੇ ਹਾਂ। ਉਹ ਸਾਹਮਣੇ ਪੀਜੀ ਦਿਖਦਾ ਨਾ, ਉੱਥੇ ਰਹਿੰਦੇ ਹਾਂ। ਅੱਛਾ ਅੱਛਾ, ਲਓ ਜੀ ਦੇਖਿਓ ਜੀ ਕਿਤੇ ਤੁਹਾਡੇ ਘਰ ਦਾ ਨਾ ਪਤਾ ਲੱਗ ਜੇ। ਨਹੀਂ ਨਹੀਂ ਜੀ, ਤੁਸੀਂ ਬੇਫਿਕਰ ਹੋ ਜਾਓ। ਥੈਂਕ ਯੂ। ਕਿੰਨਾ ਸੋਹਣਾ ਸੀ। ਨਹੀਂ ਉਹ ਆਉਂਦੀ ਸੁੱਖਾ, ਉਹਨੂੰ ਪੁੱਛ ਲਿਆ ਫੌਜੀ ਬਾਰੇ, ਉਹੀ ਵੀ ਤਾਂ ਗੋਨਿਆਂ ਨੇ ਤਾਂ ਆਉਂਦੀ ਆ। ਚੱਲ ਆਉਂਦੀ ਆ, ਕਰਦੇ ਹਾਂ ਗੱਲ। ਕਿਵੇਂ ਇੱਥੇ ਖੜੀਆਂ, ਪੀਜੀ ਨਹੀਂ ਜਾਣਾ ਅੱਜ? ਜਾਣਾ ਤਾਂ ਸੀ, ਤੈਨੂੰ ਉਡੀਕਦੀਆਂ ਸੀ, ਤੈਨੂੰ ਇੱਕ ਗੱਲ ਪੁੱਛਣੀ ਹੈ। ਕੀ ਪੁੱਛਣਾ? ਪੁੱਛੋ ਪੁੱਛੋ। ਮੈਂ ਤੈਨੂੰ ਇਹ ਪੁੱਛਣਾ ਸੀ, ਜਿਹੜਾ ਰਘਵੀਰ ਨਾਮ ਦਾ ਮੁੰਡਾ ਫੌਜੀ, ਉਹਨੂੰ ਤੂੰ ਜਾਣਦੀ ਆ ਭਲਾ? ਹਾਂ, ਕਿਵੇਂ ਸੀ? ਉਹ ਵੈਸੇ ਹੀ ਮੈਨੂੰ ਪਸੰਦ ਆ ਗਿਆ ਸੀ। ਇਕੱਲਾ ਇਕੱਲਾ ਮੁੰਡਾ, ਮੁੰਡਾ ਤਾਂ ਸਿਆਣਾ। ਫਿਰ ਤੂੰ ਹੀ ਬਣ ਜਾ ਵਿਚੋਲਨ। ਚੰਗਾ, ਬਣ ਜੂੰਗੀ ਫਿਰ, ਛਾਪ ਪਵਾ ਦੀ ਮੈਨੂੰ। ਹਾਂ ਠੀਕ ਆ। ਚੰਗਾ ਮੈਂ ਚੱਲਦੀ ਹਾਂ, ਮੇਰੇ ਤਾਂ ਬੱਸ ਦਾ ਟਾਈਮ ਹੋਇਆ ਪਿਆ। ਆਹੋ ਆਹੋ, ਚੰਗਾ ਠੀਕ। ਕਿੱਧਰ ਗਿਆ ਸੀ ਪੁੱਤ? ਤੇਰੀ ਗੱਡੀ ਦਾ ਟਾਈਮ ਹੋਈ ਜਾਂਦਾ, ਦੇਖੀ ਕਿਤੇ ਲੰਘ ਹੀ ਨਾ ਜਾਵੇ। ਲੈ ਬੀਬੀ, ਮੈਂ ਤੇਰੀ ਨੂੰ ਲੱਭਣ ਗਿਆ ਸੀ, ਹੁਣ ਆਉਂਦੇ ਸਾਲ ਵਿਆਹ ਘਰ ਹੀ ਨਹੀਂ ਤੂੰ ਮੇਰਾ। ਚੰਗਾ ਚੰਗਾ ਪੁੱਤ, ਤੇਰੀ ਗੱਡੀ ਨਾ ਲੰਘ ਜੇ, ਤੂੰ ਤਿਆਰ ਹੋ ਜਾ। ਚੰਗਾ ਬੀਬੀ, ਖਿਆਲ ਰੱਖੀ ਆਪਣਾ ਹੁਣ। ਵੀ ਚੰਗਾ ਪੁੱਤ, ਫੋਨ ਕਰ ਰਿਹਾ ਕਰੀ, ਮੈਨੂੰ ਤਾਂ ਤੇਰੇ ਹੀ ਆਸ ਰਹਿ। ਕੋਈ ਨੀ ਮਾਂ, ਬੇਫਿਕਰ ਰਹਿ, ਹੁਣ ਤਾਂ ਦੋ ਦੋ ਫੋਨ ਕਰਿਆ ਕਰੂ। ਸ਼ੁਕਰ ਹੈ ਦਾਤਿਆ, ਮਿਹਰ ਰੱਖੀ ਮੇਰੇ ਪੁੱਤ ਤੇ। ਲੈ ਛੇਤੀ ਛੇਤੀ ਬਹਿ ਸਿੰਮੀ, ਕਿਤੇ ਗੱਡੀ ਨਾ ਲੰਘ ਜਾਏ ਮੇਰੇ ਫੌਜੀ ਦੀ। ਡੱਬਾ ਲੈ ਲਿਆ? ਹਾਂ ਹਾਂ ਲੈ ਲਿਆ ਡੱਬਾ। ਚੱਲ ਆ ਫੜੋ ਪਿੰਨੀਆਂ, ਤੁਹਾਡੇ ਲਈ ਲੈ ਕੇ ਆਈ ਆ। ਲੈ, ਇੰਨੀ ਖੇਚਲ ਕਿਉਂ ਕਰਨੀ ਸੀ ਮੇਰੇ ਵਾਸਤੇ? ਲੈ ਖੇਚਲ ਕਾਹਦੀ, ਬੀਬੀ ਨੇ ਮੇਰੇ ਲਈ ਬਣਾਈਆਂ ਸੀ, ਮੈਂ ਤੁਹਾਡੇ ਲਈ ਲੈ ਆਈ ਆ। ਅੱਛਾ, ਨਾ ਇੰਨੇ ਬਣੇ, ਯਾਦ ਕਰ ਲਿਆ ਕਰੋਗੇ ਫੌਜੀ ਸਾਹਿਬ? ਲੈ ਫੌਜੀ ਨਹੀਂ ਭੁੱਲਦਾ ਹੁਣ,
ਹੁਣ ਤਾਂ ਲਾਵਾਂ ਲੈ ਕੇ ਸਾਹ ਲਊਗਾ। ਲੈ ਉਹ ਆ ਗਈ ਗੱਡੀ, ਮੈਂ ਚੱਲਦਾ ਫਿਰ। ਨਾ ਛੇਤੀ ਆਇਓ। ਹਾਂ ਹਾਂ ਬੇਫਿਕਰ ਰਹਿ, ਛੇਤੀ ਮਾਰੂ ਕਿਹੜਾ, ਮੈਂ ਉਡੀਕ ਕਰਾਂਗੀ। ਅੜੀਏ ਫੌਜੀਆਂ ਦੀ ਕਾਹਦੀ ਜ਼ਿੰਦਗੀ, ਜਾਣ ਦਾ ਤਾਂ ਪਤਾ, ਆਉਣ ਦਾ ਕੋਈ ਪਤਾ ਨਹੀਂ। ਹਾਏ ਆਏ ਨਾ ਕਹਿ, ਹੁਣ ਤਾਂ ਮੇਰੀ ਫੌਜੀ 'ਚ ਜਾਣ ਵਸਦੀ ਹੈ। ਮੈਂ ਤਾਂ ਵੈਸੇ ਹੀ ਕਿਹਾ ਸੀ, ਵਿਚਾਰੇ ਹੱਦਾਂ ਦੇ ਲੜਦੇ ਲੜਦੇ ਸਾਰੀ ਉਮਰ ਲੰਘਾ ਦਿੰਦੇ ਆ। ਡਿਊਟੀ ਕਰਨਾ ਤਾਂ ਫਰਜ਼ ਆ ਉਹਨਾਂ ਦਾ। ਚੱਲ ਕੋਈ ਨਾ, ਆਜੂਗਾ ਅਗਲੇ ਸਾਲ ਛੁੱਟੀ, ਫਿਰ ਮੈਂ ਵਿਆਹ ਕਰਾ ਹੀ ਲੈਣਾ। ਪਰ ਤੇਰੀ ਬੇਬੇ ਮੰਨੂਗੀ ਤਾਂ ਹੀ ਹੋਊਗਾ ਵਿਆਹ। ਵੇਖਾਂ ਸੁੱਖਾ ਹੈਗੀ ਤਾਂ ਹੈ, ਬਣਾ ਲਾਂਗੇ ਵਿਚੋਲਣ, ਕਹਿ ਦਾਂਗੇ ਉਹਦੀ ਮਾਸੀ ਦਾ ਮੁੰਡਾ ਹੈ। ਠੀਕ ਹੈ ਠੀਕ ਹੈ, ਸਾਡੀ ਪੋਚਰੀ। ਹਾਂ ਚੱਲੀਏ। ਲੈ ਨਿੰਮੋ, ਆ ਜਾ, ਤੇਰੀ ਸਹੇਲੀ ਆਉਂਦੀ ਹੈ ਤੈਨੂੰ ਮਿਲਣ ਵਾਸਤੇ। ਸਤਿ ਸ਼੍ਰੀ ਅਕਾਲ ਆਂਟੀ ਜੀ। ਸਤਿ ਸ਼੍ਰੀ ਅਕਾਲ ਦੀਏ, ਹੋਰ ਸੁਣਾ ਠੀਕ ਹੈ? ਹਾਂਜੀ ਵਧੀਆ, ਹੈਲੋ। ਹੈਲੋ ਦੈਜਾ। ਦਾਇਆ ਬੈਲ। ਹੋਰ ਆਂਟੀ ਕਿਵੇਂ, ਠੀਕ ਹੋ? ਠੀਕ ਹੈ ਵਧੀਆ ਦੀਜੀ। ਆਂਟੀ ਮੈਂ ਤਾਂ ਨਿੰਮੋ ਦੇ ਰਿਸ਼ਤੇ ਬਾਰੇ ਗੱਲ ਕਰਨ ਆਈ ਸੀ। ਅੱਛਾ, ਆਹ ਵੇਖੋ ਫੋਟੋ, ਮੁੰਡਾ ਫੌਜੀ ਹੈ, ਜੇ ਕਹੋ ਤਾਂ ਗੱਲ ਤੋਰਾਂ, ਘਰ 'ਚ ਮਾਂ ਪੋਤੀ ਹੈ, ਇਕੱਲੇ ਇਕੱਲੇ ਹੈ। ਮੁੰਡਾ ਦਾ ਸੋਹਣਾ ਸੁਨੱਖਾ, ਅਤੇ ਨਾਲੇ ਫੌਜੀ ਹੈ, ਅਤੇ ਸਰਕਾਰੀ ਨੌਕਰੀ 'ਤੇ ਲੱਗਿਆ ਹੋਇਆ, ਹੋਰ ਕੀ ਚਾਹੀਦਾ। ਨਾਲੇ ਇਹਦੇ ਮਨ ਦੀ ਹੋ ਜੂਗੀ ਫੌਜੀ ਨਾਲ ਵਿਆਹ ਕਰਵਾਉਣ ਦੀ। ਲੈ ਨਿੰਮੋ ਤੂੰ ਵੀ ਦੇਖ ਲਾ ਫੋਟੋ। ਅੱਛਾ ਆਇਆ ਫੌਜੀ? ਹਾਂਜੀ ਹਾਂਜੀ, ਇਹ ਹੈ ਫੌਜੀ, ਮੇਰਾ ਭਾਂਜ ਹੈ, ਅਗਲੇ ਮਹੀਨੇ ਆ ਰਿਹਾ ਛੁੱਟੀ ਲੈ ਕੇ ਵਿਆਹ ਕਰਵਾਉਣ ਵਾਸਤੇ। ਦੱਸ ਫਿਰ ਕੀ ਖਿਆਲ ਹੈ ਤੇਰਾ? ਨਾਲੇ ਜੇ ਬੀਬੀ ਨੂੰ ਪਸੰਦ ਹੈ ਤਾਂ ਮੈਨੂੰ ਵੀ ਪਸੰਦ ਹੈ, ਹੈ ਨਾ ਬੀਬੀ? ਹਾਂ ਹਾਂ, ਕਿਉਂ ਨਹੀਂ ਤੀਜੇ? ਲੈ ਮੁੰਡਾ ਸੋਹਣਾ, ਚੰਗਾ ਸੁੱਖਾ, ਜਦੋਂ ਮੁੰਡਾ ਆਇਆ ਤਾਂ ਦੱਸ ਦੇਵੇ। ਚੰਗਾ ਦੱਸ ਦੂ, ਆ ਵੇਰੇ ਨਾਲ ਹੀ ਤੋਰ ਦਾਂਗੇ ਧੀ ਨੂੰ ਸਹੁਰੇ ਘਰ, ਆ ਜਮਾਨੇ ਤੋਂ ਡਰ ਲੱਗਦਾ ਨਾ। ਹਾਂ ਕੋਈ ਨਾ ਆਂਟੀ, ਕਰੂੰਗੀ ਗੱਲ। ਅਤੇ ਲਓ ਤੁਸੀਂ ਬੈਠੋ ਅਤੇ ਗੱਲਾਂ ਕਰੋ, ਮੈਂ ਲਿਆਉਣੀ ਆ ਤੁਹਾਡੇ ਵਾਸਤੇ ਚਾਹ ਬਣਾ ਕੇ, ਕਰੋ ਗੱਲਾਂ। ਕਰਦੀ ਹਾਂ ਫੌਜੀ ਨੂੰ ਫੋਨ ਅਤੇ ਦੱਸਦੀ ਹਾਂ ਵੀ ਸੁੱਖਾ ਬਣ ਗਈ ਵਿਚੋਲਣ, ਅਤੇ ਆਪਣੀ ਛਾਪ ਤਿਆਰ ਰੱਖੀ। ਆ ਰੱਖ ਲਾ ਸਾਂਭ ਕੇ ਆਪਦੇ ਫੌਜੀ ਦੀ ਫੋਟੋ, ਅਤੇ ਰੱਖ ਲਈ ਹੁਣ ਸਰਾਣੇ, ਹੁਣ ਆਂਟੀ ਨੇ ਕੁਛ ਨਹੀਂ ਕਹਿਣਾ ਤੈਨੂੰ, ਕਰ ਲਿਆ ਕਰੀ ਸਵੇਰੇ ਉੱਠ ਕੇ ਦਰਸ਼ਨ ਆਪਦੇ ਫੌਜੀ ਦੇ। ਚੰਗਾ ਚੰਗਾ ਰੱਖ ਲੂ ਸਰਾਣੇ। ਦੇਖ ਸਿੰਮੀ, ਗੋਟਾ ਸਹੀ ਲੱਗ ਗਿਆ, ਸੋਹਣਾ ਲੱਗਦਾ। ਆਹੋ ਸੱਚ, ਲੈ ਕੇ ਤਾਂ ਵੇਖ ਲਾ। ਆ ਲੱਗ ਗਏ ਗੋਟੇ ਚੁੰਨੀਆਂ ਨੂੰ, ਹੁਣ ਤਾਂ ਤੇਰੇ ਫੌਜੀ ਦੀ ਉਡੀਕ ਹੈ ਫੌਜ ਨੇ। ਵੇ ਛੁੱਟੀ ਲੈ ਕੇ ਆ ਜਾ ਫੌਜੀਆ, ਦਿਨ ਕੱਟਦੀਆਂ ਸੀਆਂ ਪਾ ਕੇ, ਮੈਂ ਚੁੰਨੀਆਂ ਨੂੰ ਗੋਟੇ ਲਾ ਲਏ, ਆ ਕੇ ਲੈ ਜਾ ਤੂੰ ਮੈਨੂੰ ਵਿਆਹ ਕੇ। ਵੇ ਛੁੱਟੀ ਲੈ ਕੇ ਆ ਜਾ ਫੌਜੀਆ, ਦਿਨ ਕੱਟਦੀਆਂ ਸੀਆਂ ਪਾ ਕੇ, ਪੈਰਾਂ ਵਿੱਚ ਪਾ ਝਾਂਜਰਾਂ, ਕਦੋਂ ਛਣਕਣਗੀਆਂ ਸਹੁਰੇ ਜਾ ਕੇ, ਰੰਗਲੀ ਜਵਾਨੀ ਦੀਆਂ ਪੀਂਗਾਂ ਝੂਟ ਲੈ ਤੂੰ ਮੇਰੇ ਨਾਲ ਆ ਕੇ। ਵੇ ਛੁੱਟੀ ਲੈ ਕੇ ਆ ਜਾ ਫੌਜੀਆ, ਦਿਨ ਕੱਟਦੀਆਂ ਸੀਆਂ ਪਾ ਕੇ, ਤੂੰ ਛੁੱਟੀ ਲੈ ਕੇ ਆ ਜਾ ਫੌਜੀਆ, ਦਿਨ ਕੱਟਦੀਆਂ ਸੀਆਂ ਪਾ ਕੇ। ਓਲੇ ਆ ਪਣੀ ਟੈਚੀ, ਸਾਰਾ ਸਮਾਨ ਪਾਤਾ, ਕੁਝ ਰਹਿ ਤਾਂ ਨਹੀਂ ਗਿਆ? ਹਾਂ ਹਾਂ ਪਾਤਾ। ਰਘਵੀਰ ਛੇਤੀ ਆ ਜਾ, ਆ ਮਾਸੀ ਵੀ ਆ ਗਈ। ਉਹ ਆ ਜਾ ਵੀ ਫੌਜੀਆ, ਲੇਟ ਹੋ ਜਾਂਦੇ ਆ। ਹਾਂ ਚਾਚੀ ਸੱਚ ਕਿਹਾ ਤੂੰ, ਸੱਚੀ ਤੇਰੇ ਸਿਰ ਤੋਂ ਪੂਰਾ ਭਾਰ ਲੈ ਗਿਆ। ਕੋਈ ਗੱਲ ਨਹੀਂ ਭੈਣੇ, ਕੋਈ ਗੱਲ ਨਹੀਂ।
रुक जा पुत, ये व्याह नहीं हो सकता। की गल होगी बीबी? पुत, ये वही शख्स है जीने मेरी। वो तेरी भाल तो बहुत चिरा तो सी, मैनू बड़े चिरा तो बचता रहा तू। वो पता नहीं सी मैनू एहो जे वेले ते टक्करेगा तू। अज हुंदी बंदूक कोले तेरे वेदी कर देनी सी। तेरी किस्मती चंगी आ जेड़ा तू बच गया। नहीं पुत, ये तो मेरा भाई है। ਪਹਿਲਾਂ ਗੱਲ ਤਾਂ ਦੱਸੋ ਮੈਨੂੰ, ਇਹਦਾ ਕੀ ਕਸੂਰ ਆ? ਕਸੂਰ ਮੈਂ ਦੱਸਦੀ ਹਾਂ ਤੈਨੂੰ। ਚੱਲ ਪੁੱਤ ਮੋੜੋ ਗੱਡੀ, ਮੈਂ ਨਹੀਂ ਕਰਨਾ ਇਸ ਦੁਸ਼ਟ ਦੇ ਘਰ ਵਿਆਹ ਆਪਣੇ ਪੁੱਤ ਦਾ। ਨਹੀਂ ਭੈਣ ਜੀ, ਇਹਨੇ ਜੋ ਕੀਤਾ ਮੈਂ ਉਸ ਤੋਂ ਬਹੁਤ ਸ਼ਰਮਿੰਦਾ, ਪਰ ਮੇਰੀ ਧੀ ਦਾ ਕੀ ਕਸੂਰ ਆ? ਮੈਂ ਤੁਹਾਡੇ ਮੂਹਰੇ ਹੱਥ ਬੰਨ੍ਹਦੀ ਹਾਂ, ਲੋਕ ਕੀ ਕਹਿਣਗੇ? ਬੀਬੀ ਜੀ, ਇਹ 'ਚ ਮੇਰਾ ਕੀ ਕਸੂਰ ਹੈ? ਮੈਂ ਤੁਹਾਡੇ ਪੈਰ ਫੜਦੀ ਹਾਂ, ਮੈਂ ਤੁਹਾਡੇ ਘਰ ਦੀ ਨੂੰਹ ਹਾਂ, ਮੈਨੂੰ ਵੀ ਆਪਣੇ ਨਾਲ ਲੈ ਕੇ ਜਾਓ, ਮੈਂ ਵੀ ਤੁਹਾਡੇ ਨਾਲ ਚੱਲਾਂਗੀ। ਨਹੀਂ ਸ਼ੇਰਾ, ਤੁਸੀਂ ਕੁੜੀ ਨੂੰ ਲੈ ਕੇ ਜਾਓ ਇੱਥੋਂ, ਸ਼ੇਰ ਪੁੱਤ ਖਾਲੀ ਨਹੀਂ ਮੁੜਦੇ। ਬਈ ਤੂੰ? ਹਾਂ ਮੈਂ। ਚਲੋ ਭੈਣੇ, ਤੁਸੀਂ ਕੁੜੀ ਨੂੰ ਲੈ ਕੇ ਸੁੱਖੀ ਸਾਂਦੀ ਆਪਣੇ ਘਰ। ਚੰਗਾ ਪੁੱਤ, ਮੈਂ ਤਾਂ ਤੇਰੀ ਖੁਸ਼ੀ ਨਾਲ ਹੀ ਖੁਸ਼ ਹਾਂ, ਜਿੱਦਾਂ ਤੈਨੂੰ ਠੀਕ ਲੱਗੇ। ਚੱਲ ਮੈਨੂੰ ਕਰਦੀ ਉਡੀਕ ਸੀ ਮੈਨੂੰ ਤੇਰੀ, ਤੇ ਤੂੰ ਕਦੋਂ ਬਠਿੰਡੇ ਆਵੇਂਗਾ? ਨਾ ਵੇ ਵੀਰਾ, ਪਹਿਲਾਂ ਦੱਸ ਤਾਂ ਸਹੀ ਤੂੰ ਕੌਣ ਆ ਤੇ ਕਿੱਥੋਂ ਆਇਆ? ਤੂੰ ਇਹਨੂੰ ਪੁੱਛ ਚੌਰੇ ਨੂੰ। ਮੇਰੇ ਜੇਲ੍ਹ ਜਾਣ ਤੋਂ ਬਾਅਦ ਮੇਰੀ ਪ੍ਰੀਤ ਨਾ ਤੂੰ ਪਾਸੇ ਅੜ ਜਾ ਆਪਣੇ, ਮੈਂ ਨਹੀਂ ਚਾਹੁੰਦਾ ਕਿ ਤੂੰ ਵੀ ਇਹਦੇ ਨਾਲ ਹੀ। ਨਾ ਵੀਰਾ, ਪਾਣੀ ਵਾਰ ਦੇ ਨੂੰਹ ਪੁੱਤ ਉੱਤੋਂ। ਤੂੰ ਹੀ ਵਾਰ ਦੇ ਭੈਣੇ। ਹੈਂ, ਗੁੱਡੀ ਨੂੰ ਕੀ ਹੋ ਗਿਆ? ਘਰੋਂ ਤਾਂ ਚੰਗੀ ਭਲੀ ਗਈ ਸੀ। ਚੱਲ ਬਾਅਦ 'ਚ ਹੀ ਪੁੱਛੂੰਗੀ, ਪਹਿਲਾਂ ਮੈਂ ਸ਼ਗਨ ਕਰ ਲਾਂ। ਪਾਣੀ ਵਾਰ ਬਣੇ ਦੀਏ ਮਾਏ, ਬੰਨਾ ਬੰਨੀ ਵਾਰ ਖੜੇ, ਸੁੱਖਾ ਸੁੱਖ ਦੀ ਨੂੰ ਏ ਦਿਨ ਆਏ, ਪਾਣੀ ਵਾਰ ਬਣੇ ਦੀਏ ਮਾਏ, ਬੰਨਾ ਬੰਨੀ ਵਾਰ ਖੜੇ, ਸੁੱਖਾ ਸੁੱਖ ਦੀ ਨੂੰ ਇਹ ਦਿਨ ਆਏ, ਬੰਨਾ ਬੰਨੀ ਵਾਰ ਖੜੇ। ਸੁੱਖਾ,
ਟੈਚੀ ਰੱਖ ਦੇ। ਵੀਰੇ ਭੈਣ ਨੂੰ ਕੀ ਹੋਇਆ, ਐ ਮੂੰਹ ਜਿਹਾ ਬਣਾ ਕੇ ਲੰਘ ਗਈ। ਤੂੰ ਟੈਚੀ ਰੱਖ ਦੇ, ਦੱਸ ਦਿਆਂ ਫਿਰ ਤੈਨੂੰ। ਲੈ ਨਿੰਮੋ, ਮੈਂ ਤਾਂ ਨਿਭਾਤੀ ਆਪਦੀ ਵਿਚੋਲਗਿਰੀ, ਤੇ ਨਾਲੇ ਤੈਨੂੰ ਦੱਸਾਂ ਫੌਜੀ ਮੇਰੀ ਮਾਸੀ ਦਾ ਦੋਹਤਾ ਤੇ ਮੇਰਾ ਭਾਂਜਾ ਲੱਗਦਾ। ਨਾ ਇਹ ਗੱਲ ਪਹਿਲਾਂ ਕਿਉਂ ਨਹੀਂ ਦੱਸੀ, ਚੱਲ ਪਾਗਲ ਨਾ ਹੋਵੇ ਤਾਂ। ਜੇ ਪਹਿਲਾਂ ਦੱਸ ਦਿੰਦੀ ਫਿਰ ਕੰਮ ਵਿਗੜ ਜਾਣਾ ਸੀ, ਹੁਣ ਮੇਰਾ ਸੂਟ ਤੇ ਸ਼ਾਹ ਪੱਕੀ ਹੋ ਗਈ। ਚੰਗਾ, ਆਹੋ ਆਹੋ ਲੈ ਲਈ ਆਪਣੇ ਭਾਂਜੇ ਤੋਂ। ਵੀਰੇ ਆ ਬਾਈ ਤੈਨੂੰ ਮਿਲਣ ਆਇਆ। ਆਓ ਜੀ ਆਓ ਬਾਈ, ਸਤਿ ਸ਼੍ਰੀ ਅਕਾਲ। ਠੀਕ ਠਾਕ ਜੀ? ਹਾਂਜੀ ਬੈਠੋ ਬਾਈ। ਛੇਰਾ, ਮੈਂ ਤੇਰੇ ਮਾਮੇ ਨਾਲ ਜੇਲ੍ਹ ਵਿੱਚ ਸੀ ਅਤੇ ਉਸਨੇ ਮੈਨੂੰ ਸਾਰੀ ਕਹਾਣੀ ਦੱਸ ਦਿੱਤੀ ਸੀ ਜੋ ਕੁਝ ਤੁਹਾਡੇ ਨਾਲ ਵਾਪਰਿਆ। ਮੇਰੇ ਅੰਦਰ ਵੀ ਉਹੀ ਅੱਖ ਖੋਲਦੀ ਸੀ। ਮੈਂ ਉਸ ਦਿਨ ਤੋਂ ਇਸ ਦਿਨ ਦੀ ਤਾਕ ਵਿੱਚ ਸੀ ਜੋ ਤੇਰੇ ਵਿਆਹ ਦੀ ਸੁਹਾਗੀ ਘੜੀ 'ਤੇ ਆ ਕੇ ਪੂਰਾ ਹੋਇਆ। ਕੀ ਤੁਹਾਡੇ ਘਰਦਿਆਂ ਨਾਲ ਵੀ ਉਹੀ ਕੁਝ ਵਾਪਰਿਆ ਬਾਈ ਜੀ? ਹਾਂ, ਨੀਲੂ ਮੇਰੇ 11 ਬੇਲਿਆਂ 'ਚੋਂ 1 ਯਾਰ ਸੀ ਅਤੇ ਉਹਦਾ ਅਕਸਰ ਮੇਰੇ ਘਰ ਆਉਣਾ ਜਾਣਾ ਰਹਿੰਦਾ ਸੀ। ਮੇਰੇ ਜੇਲ੍ਹ ਜਾਣ ਤੋਂ ਬਾਅਦ ਉਸਨੇ ਮੇਰੀ ਪ੍ਰੀਤੋ ਦੀ ਮਦਦ ਤਾਂ ਕੀ ਕਰਨੀ ਸੀ, ਇਹਨੂੰ ਰੱਜ ਕੇ ਜਲੀਲ ਕੀਤਾ ਅਤੇ ਉਹ ਇਹਦੇ ਡਰੋਂ ਪਿੰਡ ਛੱਡ ਕੇ ਚਲੀ ਗਈ। ਜਦੋਂ ਮੈਂ ਜੇਲ੍ਹ ਵਿੱਚੋਂ ਵਾਪਸ ਆਇਆ ਤਾਂ ਮੈਨੂੰ ਪਿੰਡ ਵਾਲਿਆਂ ਨੇ ਸਭ ਕੁਝ ਦੱਸ ਦਿੱਤਾ। ਉਸੇ ਦਿਨ ਮੇਰੇ ਅੰਦਰ ਅਣਖ ਦੀ ਬੰਗਾਰ ਦੀ ਅੱਗ ਸੁਲਗ ਰਹੀ ਸੀ ਅਤੇ ਬਸ ਮੈਨੂੰ ਇਸ ਘੜੀ ਦੀ ਉਡੀਕ ਸੀ। ਉਹ ਬਾਈ, ਮੇਰੇ ਅੰਦਰ ਵੀ ਚਿਰਾਂ ਦੀ ਅੱਗ ਸੁਲਗਦੀ ਸੀ। ਕੋਈ ਕਿਤਾਬ ਬੁਝ ਗਈ, ਪਰ ਜਿਹੜੇ ਮੇਰੇ ਮਾਮੇ ਨਾਲ ਨਜਾਇਜ਼ ਹੋਇਆ ਉਹ ਮੈਂ ਕਦੇ ਨਹੀਂ ਭੁੱਲ ਸਕਦਾ ਅਤੇ ਦੋਸ਼ੀਆਂ ਦੀ ਭਾਲ ਜਾਰੀ ਰਹੂਗੀ ਅਤੇ ਉਹਨਾਂ ਨੂੰ ਮਿਲ ਕੇ ਹੀ ਸਾਹ ਲਵਾਂਗੇ। ਮੈਂ ਆਪਣੀ ਅਣਖ ਦੀ ਵੰਗਾਰ ਪੂਰੀ ਕਰਨ ਲਈ ਫੌਜ 'ਚ ਭਰਤੀ ਹੋਇਆ ਸੀ, ਜਿਸ ਕਰਕੇ ਮੈਨੂੰ ਮੇਰੀ ਮਾਂ ਨੂੰ ਇਕੱਲਾ ਛੱਡਣਾ ਪਿਆ, ਨਹੀਂ ਮੇਰਾ ਕਿਹੜਾ ਦਿਲ ਕਰਦਾ ਸੀ। ਤੂੰ ਆਪਣਾ ਘਰ ਸਾਂਭ ਸ਼ੇਰਾ, ਤੇਰੀ ਇਹ ਉਮਰ ਖਾਣਾ ਹੰਢਾਉਂਦੀ ਹੈ ਅਤੇ ਤੇਰੀ ਮਾਂ ਨੇ ਤੇਰੇ ਸਿਰ 'ਤੇ ਉਮਰ ਲੰਘਾਉਣੀ ਹੈ। ਤੂੰ ਇਹ ਸਭ ਹੁਣ ਮੇਰੇ 'ਤੇ ਛੱਡ ਦੇ, ਰੋਟੀਆਂ ਖਾਣੀਆਂ ਘਰ ਕੀ ਅਤੇ ਜੇਲ੍ਹ ਕੀ, ਹੁਣ ਯਾਰਾਂ ਦੀ ਯਾਰੀ ਦੇ ਬੋਲ ਮੈਂ ਪਕਾਊਂਗਾ। ਨਿੰਮੋ ਚਾਹ ਲੈ ਕੇ ਆ ਪੁੱਤ। ਚਾਹੇ ਮੈਨੂੰ ਦੁੱਖ ਤਾਂ ਬਹੁਤ ਹੈ ਕਿ ਤੁਸੀਂ ਮੇਰੇ ਮਾਮਾ ਜੀ ਨੂੰ, ਪਰ ਮੈਨੂੰ ਤੁਹਾਡੀ ਸਾਰੀ ਗੱਲ ਸਮਝ ਲੱਗ ਗਈ ਹੈ। ਉਹਨਾਂ ਨੇ ਵੀ ਚੰਗੀ ਨਹੀਂ ਕੀਤੀ, ਤੁਹਾਡੇ ਘਰ ਦੀ ਇੱਜ਼ਤ ਨੂੰ ਹੱਥ ਪਾਇਆ ਅਤੇ ਆਪ ਹੀ ਅਣਖ ਨੂੰ ਵੰਗਾਰ ਲਿਆ। ਉਹਨਾਂ ਨੂੰ ਉਹਨਾਂ ਦੇ ਕਰਮਾਂ ਦੀ ਸਜ਼ਾ ਮਿਲ ਗਈ। ਖੈਰ ਤੁਸੀਂ ਚਾਹ ਪੀਵੋ। ਰੱਖੀ ਸੀ ਉਸ ਹੰਕਾਰੀ ਨੇ, ਮੇਰੀ ਆਤਮਾ ਨੂੰ ਸ਼ਾਂਤੀ ਹੁਣ ਆਈ ਹੈ। ਚੰਗਾ ਧੀਏ, ਸੁਖੀ ਵਸੋ। ਚੰਗਾ ਜਰੂਰ ਬਾਈ ਨੂੰ ਬੱਸ ਚੜਾਇਆ ਮੈਂ, ਠੀਕ ਹੈ ਠੀਕ ਹੈ ਬਾਈ। ਆ ਜਾ ਬਾਈ, ਤੈਨੂੰ ਬੱਸ ਚੜਾਇਆ। ਲੈ ਬੀਬੀ, ਮੇਰੇ ਫੌਜੀ ਬਣਨ ਦਾ ਵੀ ਮਕਸਦ ਪੂਰਾ ਹੋ ਗਿਆ, ਅਣਖ ਦੀ ਵੰਗਾਰ ਨੇ ਤੇਰੇ ਤੋਂ ਤੇਰਾ ਪੁੱਤ ਦੂਰ ਕਰ ਲਿਆ ਸੀ। ਪੁੱਤ ਰੱਬ ਦੇ ਘਰ ਦੇਰ ਹੈ ਅੰਧੇਰ ਨੇ, ਮਾੜੀ ਦੇ ਕਰਨ ਵਾਲਿਆਂ ਨੂੰ ਸਜ਼ਾ ਜ਼ਰੂਰ ਦਿੰਦਾ ਰੱਬ। ਅੱਜ ਮੇਰੇ ਕਾਲਜ ਠੰਡ ਪਈ ਹੈ, ਲੋਕਾਂ ਦੀ ਨਮੋਸ਼ੀ ਝੱਲਣੀ ਬਹੁਤ ਔਖੀ ਹੁੰਦੀ ਹੈ, ਨਹੀਂ ਤਾਂ ਪਿੰਡ ਅਤੇ ਘਰ ਬਾਰ ਛੱਡਣ ਨੂੰ ਕਿਹਦਾ ਦਿਲ ਕਰਦਾ ਪੁੱਤ। ਬਸ ਬੀਬੀ ਤੂੰ ਹੁਣ ਫਿਕਰ ਨਾ ਕਰ, ਮੈਂ ਨਿੰਮੋ ਨੂੰ ਵਿਆਹ ਲਿਆ ਆ, ਇਹੀ ਤੇਰੀ ਸੇਵਾ ਕਰੂਗੀ, ਤੂੰ ਬਹਿ ਕੇ ਖਾਣੀ। ਚੰਗਾ ਪੁੱਤ, ਰੱਬ ਤੇਰੀ ਵੱਡੀ ਉਮਰ ਕਰੇ, ਮੇਰੀਆਂ ਤਾਖਾਂ ਦਾ ਚਾਨਣ ਹੈ ਤੂੰ। ਚੰਗਾ ਬੀਬੀ, ਤੇਰੇ ਕੋਲ ਤੇਰੀ ਨੂੰਹ ਨੂੰ ਛੱਡ ਚੱਲਿਆ ਮੈਂ। ਤੁਸੀਂ ਬੇਫਿਕਰ ਹੋ ਜਾਓ ਜੀ, ਮੈਂ ਬੇਬੇ ਦਾ ਪੂਰਾ ਖਿਆਲ ਰੱਖਾਂਗੀ। ਚੰਗਾ ਨਿੰਮੋ, ਤੂੰ ਵੀ ਆਪਣਾ ਖਿਆਲ ਰੱਖੀ। ਹੋਰ ਜਾਣਾ ਇਹਨੂੰ ਪਹਿਲਾਂ ਵੇਖ ਲੋ ਕਿਹੋ ਜਿਹੀਆਂ ਕਰਦੇ ਆ ਉਹਦੇ ਵਿਆਹ ਦੇ ਹੀ ਨਹੀਂ ਹੋਣਾ ਮੇਰੇ ਕੋਈ ਮੁੰਡਾ ਵਹਿ ਜਾ ਸਦਾ।
ਇਹਦੀ ਮਾਂ ਤਾਂ ਐਂ ਖੜੀ ਰਹੀ ਕੰਬਲ ਫੜੀ ਵੀ ਭਾਈ ਭਾਵੇਂ ਮਰ ਜਾਏ ਕੰਬਲ ਲਟਕ ਜਾਏ ਮੇਰੀ ਵੱਜ ਗਈ ਮਾਮੇ ਨੂੰ ਚੰਦਰੀ ਨੇ ਕੰਬਲ ਨੀ ਸਿੱਟਿਆ ਸਲਾਮੀ ਵਾਲਾ ਆ ਦੇ ਲੈ ਭਾਣ ਜੀ ਬੋਲਦੀ ਹੈ ਮੰਮੀ ਦਾ ਇੰਨਾ ਪਿਆਰ ਸੀ ਸਲਾਮੀ ਨਾਲ ਤੁਹਾਡੇ ਗਿਆ ਹੋਣ ਦਾ ਤੇ ਡਾਣੇ ਮੈਂ ਤਾਂ ਇਹ ਕਹਿਣੀ ਅੱਛਾ ਫਿਰ ਕੰਬਲ ਹੀ ਵੜ ਕੇ ਖੜਨਾ ਸੀ ਚਾਹ ਕਰ ਲੈਂਦੀ ਬਾਬੂ ਸ਼ੇਰੂ ਸ਼ੇਰੂ ਹੈ ਨਾ ਸ਼ੇਰੂ ਹੈ ਨਾ ਮੈਂ ਬਹੁ ਬਹੁ ਕਰਨਾ ਪੈਂਦਾ ਬਹੁ ਬਹੁ ਤੇਰੀਆਂ ਹੁੰਦਾ ਸਲਾਮੀ ਦੋ ਐਵੇਂ ਨੀ ਪੈਰੀ ਹੱਥ ਲਾਏ ਤੁਹਾਡੇ ਸਾਰਿਆਂ ਨੇ ਨੋ ਬਣਾਇਆ ਸੀ ਲੈ ਪਹਿਲਾਂ ਦੇ ਪੈਸੇ ਦੇ ਕੇ ਇਹਨੂੰ 100 100 100 100